ਆਖੇ ਮੈਨੂੰ ਜੈਨਤ ਦੀ ਖਾਹਿਸ਼ ਬੜੀ ਤੇ ਆਖੇ ਮੈਨੂੰ ਜੈਨਤ ਦੀ ਖਾਹਿਸ਼ ਬੜੀ ਤੇ ਆਖੇ ਮੈਨੂੰ ਜੈਨਤ ਦੀ ਖਾਹਿਸ਼ ਬੜੀ ਤੇ ਆਖੇ ਮੈਨੂੰ ਜੈਨਤ ਦੀ ਖਾਹਿਸ਼ ਬੜੀ ਇੱਕ ਬੁਜਾਰਤ ਪੇਸ਼ ਕਰੇ ਨਾ ਦੁਨੀਆਂ ਦੇ ਵਿੱਚ ਰਹਿ ਕੇ ਇੱਕ ਬੁਜਾਰਤ ਪੇਸ਼ ਕਰੇ ਨਾ ਦੁਨੀਆਂ ਦੇ ਵਿੱਚ ਰਹਿ ਕੇ ਕੌਣ ਹੈ ਜਿਹੜਾ ਦੋਜ਼ਖ ਦੇ ਦਰਵਾਜ਼ੇ ਉੱਤੇ ਬਹਿ ਕੇ ਤੇ ਆਖੇ ਮੈਨੂੰ ਜੈਨਤ ਦੀ ਖਾਹਿਸ਼ ਦੁਨੀਆਦਾਰਾ ਪਿੱਛੇ ਲੱਗੇ ਧੋਖੇ ਦੇ ਵਿੱਚ ਆ ਕੇ ਦੁਨੀਆਦਾਰਾ ਪਿੱਛੇ ਲੱਗੇ ਧੋਖੇ ਦੇ ਵਿੱਚ ਆ ਕੇ ਜਿਹੜੇ ਹਿਰ ਦੀਨ ਦਬਾਨੀ ਉਹਨਾਂ ਦੀ ਕਦਰ ਨਾ ਜਾਣੀ ਤੇ ਕੀਤੀ ਨਾ ਫਰਮਾਨੀ ਹੈ ਗੱਲ ਦੀ ਹੈਰਾਨੀ ਦੁਸ਼ਮਣ ਆ ਰਸੂਲ ਬਣੇ ਪਟੜੀ ਉੱਤੋਂ ਲੈ ਕੇ ਦੁਸ਼ਮਣ ਆ ਰਸੂਲ ਬਣੇ ਪਟੜੀ ਉੱਤੋਂ ਲੈ ਕੇ ਜਿਨ੍ਹਾਂ ਦੇ ਕੋਲ ਜੰਨਤ ਨਹੀਂ ਉਹਨਾਂ ਦੇ ਪੈਰੀ ਪੈ ਕੇ ਤੇ ਆਖੇ ਮੈਨੂੰ ਜੈਨਤ ਦੀ ਖਾਹਿਸ਼ ਬਣੇ ਇੱਥੇ ਗਿਲਾ ਦਾ ਹੋਰ ਰੁਕਣਾ ਇੱਕ ਸ਼ੇਰ ਹੋਰ ਤੁਹਾਨੂੰ ਸੁਣਾ ਰਿਹਾ ਇਹ ਸ਼ੇਰ ਤੇ ਦਾਦ ਉਹ ਬੰਦਾ ਦੇਵੇ ਜਿਹੜਾ ਪਾਕ ਬੀਬੀ ਦੇ ਦੁਸ਼ਮਣਾਂ ਤੇ ਲਾਨਤ ਕਰਨਾ ਵੱਡੀ ਇਬਾਦਤ ਸਮਝਦਾ ਬਾਕੀ ਭਾਵੇਂ ਕੋਈ ਨਾ ਬੋਲੇ ਸ਼ੇਰ ਬਾਣੇ ਉਹ ਭਾਈ ਹਜੇ ਵੀ ਸੁਣ ਲੈ ਤੂੰ ਭਾਵੇਂ 100 ਧੀਆਂ ਭਾਵੇਂ 50 ਭਾਵੇਂ 10 ਆਖ ਰਾਜ਼ੀ ਤੁਹਾਡੇ ਕੋਲ ਇੱਕ ਵੀ ਨਹੀਂ ਗਈ ਮੈਂ ਸ਼ੇਰ ਬਾਣੇ ਕਰ ਗੜੀ ਆਖ ਰਿਹਾ ਜੈ ਪੈਗੰਬਰ ਕੀਤੇ ਰੱਬ ਨੇ 14 ਤਬਕ ਬਣਾਏ ਜੈ ਪੈਗੰਬਰ ਕੀਤੇ ਰੱਬ ਨੇ 14 ਤਬਕ ਬਣਾਏ ਉਹਦੀ ਪਿਆਰੀ ਉਹਦਾ ਹਿੱਸਾ ਇੱਕੋ ਦੀ ਜ਼ਹਰਾ ਹੈ ਉਹਦੀ ਪਿਆਰੀ ਉਹਦਾ ਹਿੱਸਾ ਇੱਕੋ ਦੀ ਜ਼ਹਰਾ ਹੈ ਬਾਬਾ ਪਾਕ ਪੈਗੰਬਰ ਤੇ ਸ਼ੌਹਰ ਸਾਕੀ ਕੌਸਰ ਤੇ ਬਚੜੇ ਖੁਲ ਦੇ ਅਫਸਰ ਫਰਿਸ਼ਤੇ ਦਰ ਦੇ ਨੌਕਰ ਜੈਂਦੇ ਘਰ ਵਿੱਚ ਪਾਕ ਮੁਹੰਮਦ ਉਹਨੇ ਇਜਾਜ਼ਤ ਲੈ ਕੇ ਜੈਂਦੇ ਘਰ ਵਿੱਚ ਪਾਕ ਮੁਹੰਮਦ ਉਹਨੇ ਇਜਾਜ਼ਤ ਲੈ ਕੇ ਉਸੇ ਪਾਕ ਬਤੂਲ ਦਾ ਸਾਰੀ ਜ਼ਿੰਦਗੀ ਦੁਸ਼ਮਣ ਲੈ ਕੇ ਤੇ ਆਖੇ ਮੈਨੂੰ ਜੈਨਤ ਦੀ ਖਾਹਿਸ਼ ਬੜੇ ਤੁਸੀਂ ਨੇੜੇ ਨਾਰਾ ਹੈਦਰੀ ਆਖਿਆ ਐ ਸਪੀਕਰ ਦੇ ਨੇੜੇ ਬੈਠੇ ਭਾਈ ਨੇ ਯਾ ਅਲੀ ਨਹੀਂ ਆਖਿਆ ਤੁਸੀਂ ਨਹੀਂ ਆਖਿਆ ਕਿਤੇ ਹੋਰ ਨਾ ਵੇਖੋ ਤੁਸੀਂ ਨਹੀਂ ਆਖਿਆ ਯਾ ਅਲੀ ਯਾ ਅਲੀ ਜੀ ਮੈਂ ਨੌਕਰਾਂ ਮੈਨੂੰ ਪਤਾ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਪਾੜੇ ਸ਼ੇਰ ਯਾ ਅਲੀ ਯਾ ਅਲੀ ਅੱਛਾ ਜਿੰਨਾ ਜਿੰਨਾ ਕਰਬਲਾ ਜਾਣਾ ਹੱਥ ਬੁਲੰਦ ਕਰਕੇ ਉੱਚਾ ਅਲੀ ਲਾਲ ਕਲੰਦਰ ਅੱਛਾ ਬੰਦਾ ਨੇੜੇ ਬਹਿ ਕੇ ਨਾ ਬੋਲੇ ਫਿਰ ਅੰਦਰੋਂ ਤਕਲੀਫ ਹੁੰਦੀ ਯਾਰ ਅਲੀ ਦੇ ਨਾਂ ਤੇ ਬੋਲਿਆ ਕਰੋ ਮੇਰੀ ਦਾਤ ਵਾਸਤੇ ਨਹੀਂ ਬੋਲਣਾ ਅਲੀ ਦੇ ਨਾਂ ਵਾਸਤੇ ਬੋਲਣਾ ਉਹ ਜਿਹਦੇ ਨਾਂ ਲੈ ਕੇ ਹਲਾਲ ਹਰਾਮ 'ਚ ਫਰਕ ਆ ਜਾਂਦਾ ਉਹਦੇ ਨਾਂ ਲੈਣਾ ਸੁਭਾਨ ਅੱਲਾ ਬੰਦਿਆਂ ਦੀ ਇੱਜ਼ਤ ਅਲੀ ਦੇ ਨਾਂ ਲੈ ਕੇ ਵੱਧਦੀ ਹੈ ਅਲੀ ਨੂੰ ਮੰਨ ਕੇ ਇੱਜ਼ਤ ਵੱਧਦੀ ਹੈ ਜਿਸ ਸ਼ੇਰ ਵਾਸਤੇ ਹੁਕਮ ਕੀਤਾ ਹੈ ਹੁਸੈਨ ਜਵਾਨਾਂ ਨੇ ਜੰਨਤ ਦਾ ਸਰਦਾਰ ਕੀ ਬਾਤ ਹੈ ਅੱਲ ਅੱਬਾਸ ਵਾਲਿਆਂ ਦੀ ਕੈਸਾ ਇਹਨਾਂ ਅੱਧੀ ਤੋਂ ਜ਼ਿਆਦਾ ਦਾਦ ਇਹਨਾਂ ਦੀ ਹੈ ਪਤਾ ਤੁਹਾਨੂੰ ਇਹ ਜ਼ਾਕਰ ਨੂੰ ਲੈ ਕੇ ਟੁਰਦੇ ਨੇ ਭਾਈ ਬਾਬਰ ਜੀ ਹੁਸੈਨ ਜਵਾਨਾਂ ਨੇ ਜੰਨਤ ਦੇ ਸਰਦਾਰ ਹਸਨੈਨ ਜਵਾਨਾਂ ਨੇ ਜੰਨਤ ਦੇ ਸਰਦਾਰ ਚਾਚਾ ਜੇ ਠੰਡ ਘੱਟ ਲੱਗਦੀ ਹੋਵੇ ਤੇ ਸ਼ੇਰ ਤੈਨੂੰ ਸੁਣਾਵਾਂ ਜੰਨਤ ਦੇ ਵਸਨੀ ਇੱਕ ਜਵਾਨਾਂ ਦਾ ਸਰਦਾਰ ਹੁਸੈਨੇ ਜੰਨਤ ਦੇ ਵਸਨੀ ਜਵਾਨਾਂ ਦਾ ਸਰਦਾਰ ਹੁਸੈਨੇ ਮਾਏ ਦੀ ਕੋਨੈਨ ਦੀ ਮਲਕਾ ਖੁਲਦ ਬਰੀਨ ਦੀ ਸੈਣੇ ਮਾਏ ਦੀ ਕੋਨੈਨ ਦੀ ਮਲਕਾ ਖੁਲਦ ਬਰੀਨ ਦੀ ਸੈਣੇ ਨਾ ਸ਼ਾਫੀ ਮਾਸ਼ਰ ਤੇ ਪਿਓ ਤਕਦੀਰ ਤੇ ਕਾਦਰ ਵੀਰਾ ਪੰਜਨ ਦਾ ਦਿਲ ਪਰ ਤੇ ਆਪ ਖੁਦਾ ਦਾ ਨਾਸਰ ਜੈਂਦਾ ਘੋੜਾ ਬਣਿਆ ਮੁਹੰਮਦ ਅਸਾਬਾ ਵਿੱਚ ਰਹਿ ਕੇ ਜੈਂਦਾ ਘੋੜਾ ਬਣਿਆ ਮੁਹੰਮਦ ਅਸਾਬਾ ਵਿੱਚ ਰਹਿ ਕੇ ਉਹ ਹੁਸੈਨ ਦਾ ਘੋੜਾ ਰੋਕੇ ਹੱਥ ਕਲਾਸ਼ਨ ਲੈ ਕੇ ਤੇ ਆਖੇ ਮੈਨੂੰ ਜੈਨਤ ਦੀ ਖਾਹਿਸ਼ ਬੜੇ ਇੱਥੇ ਮੈਂ ਛੋੜ ਦਿੰਦਾ ਹੱਕ ਸੀ ਛੋੜ ਦਿੰਦਾ ਬਾਬਾ ਜੀ ਨੇ ਹੁਕਮ ਕੀਤਾ ਮੈਂ ਦੋ ਲਾਈਨਾਂ ਪੜ੍ਹ ਕੇ ਦੇਖ ਲੈਣਾ ਉਹ ਇਹਨਾਂ ਦੇ ਹੁਕਮ ਤੇ ਚੁੱਕੇ ਵਾਜਿਬ ਨਹੀਂ ਹੋ ਜਾਵੇ ਅੱਗੇ ਮੈਂ ਜਲਦੀ ਜਲਦੀ
सजदा करें कोनो मकान करके दुआ बोले अजान जुल्फों से चेहरा छुपा झूला तेरा है मौजज़ा गाजी का तू है आसरा हुस्न के किबरिया सो जा आलिया के मुस्तफा सो जा अकबर तुझे दोनों रियां मैं कुर्बान जमा कर दी बाबा जी देखो कितनी मंजूरी आदि मंदिर से हुक्म बाबा जी मैंने फरायद कर दी क्या बंदियों ने अखा वजू कर लिया इजान मैंने माफ कर दी बाबा अपना चाहिए जितने हाय करने वाले बैठे हो सकता है मैं अपनी जिंदगी दी आखिरी मजलिस पढ़दा हुआ तो एक बंद पढ़ जावा मत आओ सैंड पर दे चाय कर मेरे करा दी जाओ माफ़ी मांगे जुमला पढ़ा मेरे तो पहले मैं नौकर हाँ जी मैं बाबा जी नौकर हाँ भाई तनवीर अली साहब पाक भी नहीं तोड़ते करम किया मैं साहिब का मैं एक बहन एक बुजुर्गों का पढ़ने लगा मेरे बाहर बैठे ने किबला अलवी साहब अली बास अलवी साहब मैं उन्होंने बुजुर्गों का एक बहन पढ़न लगा जिन्होंने बहन यकीन क़यामत तक भी लोग पढ़ तो लोग लिया कर अल्लाह अल्लाह मकाम ज़ैनब दा अल्लाह अल्लाह यो मां एक वदी जड़ी बुरखियां से परे दी ज़ैनब दा अल्लाह अल्लाह इंदा बाबा जहादी ज़ीनत है पियो दी ज़ीनत हे नाम ਤੁਹਾਡੀ ਜੁੱਤੀਆਂ ਸਿੱਧੀਆਂ ਕਰਕੇ ਪਤਾ ਨਹੀਂ ਕਿਤਨੇ ਬੰਦੇ ਸੇ ਦਾਦ ਹੋ ਗਏ ਮਾਲੀ ਭਾਈ ਸ਼ਾਨ ਸਾਹਿਬ ਇਸ ਤਾਂ ਵਕਤਾਂ ਇਜ਼ਾਫਾ ਕਰੇ ਇਹ ਝੋਲੀ ਜਾ ਕੇ ਤੁਹਾਡੇ ਹੱਥ ਦੁਆ ਮੰਗ ਰਿਹਾ ਮਾਲਿਕ ਤੁਹਾਨੂੰ ਇਸ ਸਾਲ ਸ਼ਾਮ ਲੈ ਜਾਏ ਪਾਤਰ ਸ਼ਾਹ ਜੀ ਆਮੀਨ ਆਖਣਾ ਤੁਸੀਂ ਇਹਨਾਂ ਮੋਮਨੀ ਵਾਸਤੇ ਅਜ਼ਾਦਾਰ ਵਾਸਤੇ ਅਲੀ ਦੀ ਇਸ਼ਤਾਂ ਅਲੀ ਦੀ ਜਿਹਨਾਂ ਨਾਲ ਦਰੋਜ਼ੇ ਤੇ ਵੱਲ ਲਾਈਏ ਭਾਈ ਗੁਲਾਮ ਭਾਈ ਜੱਬਾ ਸਾਹਿਬ ਉਹ ਗੱਲ ਕਰਨ ਲੱਗਾ ਜਿਹੜੀ ਤੁਹਾਡੇ ਨਾਲ ਕੀਤੀ ਨਾਨੇ ਦੇ ਰੋਜ਼ੇ ਤੇ ਆ ਕੇ ਹੱਥ ਜੋੜ ਕੇ ਦੀ ਨਾਨਾ ਮੈਂ ਵੱਲ ਸ਼ਾਮ ਕਬਰ ਫੱਟੀ ਏ ਕਬਰ ਥੋੜੀ ਰਿਸਾਲ ਤੇ ਮੈਂ ਬਾਰਾਂ ਦੀ ਤੇ ਪਾਸ ਵੇਖ ਕੇ ਮੇਰੀ ਧੀੜੀ ਪਹਿਲੇ ਵੀ ਵੱਲ ਕੇ ਆਈ ਹੈ ਜਿਹੜੇ ਬਾਗੀ ਸੜਦੇ ਹਨ ਉਹਨਾਂ ਕੋਲੋਂ ਨਮਾਜ਼ੀ ਸੜਾਇਆ ਆਪਣੀ ਤਤਹੀਰ ਵਾਲੀ ਚਾਦਰ ਲੁਟਾਈਏ ਹੁਣ ਵਾਪਸ ਕਿ ਪਈ ਬਹਿਣੀ ਹੈ ਸੰਡੇਕੇ ਦੀ ਨਾਨਾ ਮੇਰੀ ਵੱਡੀ ਮਜਬੂਰੀ ਹੈ ਆਵਾਜ਼ ਆਈ ਮੇਰੀ ਦੀ ਕਿਹੜੀ ਮਜਬੂਰੀ ਹੈ ਜ਼ਖਮੀ ਮੱਥਾ ਨਾਨੇ ਦੀ ਕਬਰ ਤੇ ਮਾਰ ਕੇ ਸੈਂਡੋ ਕਿਹਾ ਦੀ ਨਾਨਾ ਸ਼ਾਮ ਤੋਂ ਦੂਰ ਬੋ ਮਦੀ ਨਸੀਬ ਕਰ ਮਾਲਿਕ ਜਿਹੜੇ ਆਏ ਨਹੀਂ ਕਹਿ ਸਕੇ ਸੈਂਡ ਮੂੰਹ ਤੇ ਮਾਤਮ ਕਰਕੇ ਦੀ ਨਾਨਾ ਸ਼ਾਮ ਤੋਂ ਦੂਰ ਬੋ ਦੁਸ਼ਮਣ ਅਲੀ
तेरे दिल बिच अगर विला कोई नहीं, 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 तेरे दिल बिच अगर विला कोई ओ लाला अगर विला कोई, हाँ तेरे दिल बिच अली भाई विला कोई, हाँ तेरे दिल बिच अगर विला कोई, ए तेरे दिल बिच ये गल सुनो ना जिन मैं करना चाहता, हाँ तेरे दिल बिच अगर विला कोई नहीं, भले अगर विला कोई नहीं, तेरे दिल बिच अगर विला